ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਹਰਸਿਮਰਤ ਕੌਰ ਬਾਦਲ ਇਜ਼ ਵਨ ਆਫ ਦ ਮੋਸਟ ਇਲ ਇਨਫੋਰਮਡ ਵਿਮਨ ਦੈਟ ਆਈ ਹੈਵ ਐਵਰ ਹਰਡ। ਸ਼ੀ ਇਜ਼ ਕੰਪਲੀਟਲੀ ਟਾਕਸ ਵਿਦਆਊਟ ਨੋਇੰਗ ਹਰ ਫੈਕਟਸ। ਮੈਂ ਇੱਕ ਗੱਲ ਉਹਦਾ ਤੁਹਾਨੂੰ ਦੱਸ ਦਿੱਤਾ ਕਿ ਇਹ ਅਕਾਲ ਤਖ਼ਤ ਸਾਹਿਬ 6ਵੇਂ ਪਾਤਸ਼ਾਹ ਦੀ ਗੱਦੀ ਹੈ। ਇਹ ਸਾਡੇ ਸਾਰੇ ਸਿੱਖਾਂ ਦਾ ਇੱਥੇ ਸਿਰ ਚੁੱਕਦਾ। ਐਂਡ ਇਜ਼ ਸ਼ੀ ਕ੍ਰੇਜ਼ੀ ਟੂ ਸੇ ਦੈਟ ਵੀ ਹੈਵ ਅੰਡਰਮਾਈਨ ਦੀ ਅਥੋਰਿਟੀ? ਕਿਹੜਾ ਮਾਂ ਦਾ ਬੱਚਾ ਜਿਹੜਾ ਇੱਥੇ ਜਾ ਕੇ ਉਹ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਕੁਛ ਅੱਖਾਂ ਚੱਕੂਗਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਤੁਸੀਂ ਸਭ ਆਖੂਬੀ ਜਾਣਦੇ ਹੋ ਕਿ ਸੁਲਤਾਨਪੁਰ ਲੋਧੀ ਵਿਖੇ ਇਸ ਵਾਰ ਕਾਂਗਰਸ ਸਰਕਾਰ ਦੀ ਕੈਬਨਿਟ ਮੀਟਿੰਗ ਹੋਈ, ਜਿਸ ਦੇ ਵਿੱਚ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਹੋਇਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਜੰਮ ਕੇ ਵਿਰੋਧੀ ਧਿਰਾਂ ਤੇ ਵੀ ਨਿਸ਼ਾਨਾ ਸਾਧਿਆ ਅਤੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਵੀ ਖੁੱਲ੍ਹ ਕੇ ਗੱਲਬਾਤ ਕੀਤੀ। ਕਰਤਾਰਪੁਰ ਲਾਂਘੇ ਨੂੰ ਲੈ ਕੇ ਜਿੱਥੇ $20 ਫੀਸ ਰੱਖਣ ਦੀ ਗੱਲ ਸਾਹਮਣੇ ਆ ਰਹੀ ਹੈ, ਉੱਥੇ ਹੀ ਦੂਸਰੇ ਪਾਸੇ ਹਰਸਿਮਰਤ ਕੌਰ ਬਾਦਲ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸੁਭਾਵਹੀਣ ਔਰਤ ਤੱਕ ਕਹਿ ਦਿੱਤਾ, ਜਿਸ ਨੂੰ ਇਹ ਪਤਾ ਹੀ ਨਹੀਂ ਕਿ ਉਹ ਕੀ ਗੱਲ ਕਹਿ ਰਹੀ ਹੈ ਤੇ ਕਿਉਂ ਕਹਿ ਰਹੀ ਹੈ, ਜੋ ਪੰਜਾਬ ਦੇ ਹਿੱਤ ਚਾਹੁੰਦੀ ਵੀ ਹੈ ਜਾਂ ਨਹੀਂ ਚਾਹੁੰਦੀ। ਇਸੇ ਦੇ ਨਾਲ ਅਗਰ ਗੱਲ ਕੀਤੀ ਜਾਵੇ ਬੇਅਦਬੀਆਂ ਦੀ, ਤਾਂ ਬੇਅਦਬੀਆਂ ਦੇ ਮਸਲੇ ਉੱਤੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਬੋਲਦੇ ਹੋਏ ਕਿਹਾ ਕਿ CBI ਨੇ ਅਗਰ ਕਲੋਜ਼ਰ ਰਿਪੋਰਟ ਫਾਈਲ ਵੀ ਕੀਤੀ ਤਾਂ ਉਹ ਕਿਸ ਕਾਰਨ ਕਰਕੇ ਕੀਤੀ, ਕਿਉਂਕਿ ਇਨਕੁਆਇਰੀ ਤਾਂ ਪੂਰੀ ਹੋਈ ਹੀ ਨਹੀਂ ਸੀ ਤੇ ਬਿਨਾਂ ਪੂਰੇ ਕੀਤਿਆਂ ਹੀ ਉਹਨਾਂ ਨੇ ਕਲੋਜ਼ਰ ਰਿਪੋਰਟ ਕਿੱਦਾਂ ਫਾਈਲ ਕਰ ਦਿੱਤੀ। ਹੋਰ ਕੀ ਕੁਛ ਕਿਹਾ, ਆਓ ਮਾਰਦੇ ਹਾਂ ਇੱਕ ਨਜ਼ਰ। ਅੱਜ ਜਿਹੜਾ ਅੱਜ ਅਸੀਂ ਸਾਰੇ ਆਏ ਹਾਂ, ਉਹ ਕੈਬਨਿਟ ਮੀਟਿੰਗ ਵੀ ਹੋਈ ਹੈ ਔਰ ਕੈਬਨਿਟ ਦੇ ਸਾਰੇ ਪ੍ਰਬੰਧ ਜਿਹੜਾ ਹੋ ਰਿਹਾ ਉਹਨੇ ਪਹਿਲੇ ਪਾਤਸ਼ਾਹ ਦੇ 550 ਸਾਲ ਦੇ ਉਹ ਸਾਰੀ ਰਿਵਿਊ ਕੀਤੀ ਹੈ। ਸਾਈਟਸ ਅਸੀਂ ਸਾਰੇ ਦੇਖੇ ਨੇ ਔਰ ਜਿਹੜਾ ਕੁਛ ਸਾਰੇ ਸੈਟਿਸਫਾਈਡ ਨੇ, ਬਿਲਕੁਲ ਸਹੀ ਸਮੇਂ 'ਤੇ ਸਭ ਕੁਛ ਠੀਕ ਹੋ ਰਿਹਾ ਔਰ ਟਾਰਗੇਟ ਡੇਟ ਸਾਡੀ ਜਿਹੜੀ 30 ਸਪਟੈਂਬਰ ਹੈ ਉਹ ਮੀਟ ਕੀਤੀ ਜਾਵੇਗੀ। ਪ੍ਰੋਜੈਕਟਸ ਤਾਂ ਤੁਸੀਂ ਮੇਰਾ ਖਿਆਲ ਆਪ ਦੇਖ ਲਿੱਤੇ ਹੋਣੇ ਹੈ। ਇਹਨਾਂ ਤੋਂ ਅਡੀਸ਼ਨਲ ਸਾਡੇ MLA ਸਾਹਿਬ ਨੇ ਮੰਗੀ ਸੀ ਇੱਕ ਸੁਪਰ ਸਪੈਸ਼ਲਿਟੀ ਹੋਸਪਿਟਲ, ਉਹ ਅਸੀਂ ਅਪਰੂਵ ਕੀਤੀ ਅੱਜ। ਔਰ ਇੱਕ ਸੜਕ, ਜਿਹੜੀ ਸੜਕ ਸੀ ਇੱਕ ਸੜਕ ਦੈਟ ਆਲਸੋ ਅਡੀਸ਼ਨਲ MLA ਸਾਹਿਬ ਦੀ ਰਿਕੁਐਸਟ ਸੀ, ਉਹ ਵੀ ਅੱਜ ਅਪਰੂਵ ਕਰ ਦਿੱਤੀ ਅਸੀਂ। ਸੋ ਐਵਰੀਥਿੰਗ ਇਜ਼ ਅੰਡਰ ਕੰਟਰੋਲ। ਤੁਸੀਂ ਹੁਣ ਕੁਝ ਪੁੱਛਣਾ ਹੋਇਆ ਪੁੱਛਣਾ। ਟੋਟਲੀ ਅਸੀਂ ਉਸ ਅਗਲੇ ਕੋਈ ਜਜ਼ੀਆ ਟੈਕਸ ਨਹੀਂ ਲਾ ਸਕਦਾ ਪਾਕਿਸਤਾਨ ਨੂੰ, ਪਾਕਿਸਤਾਨ ਟੂ ਪੁੱਟ ਇਟ। ਇਹ ਤਾਂ ਦਿਸ ਇਜ਼ ਖੁੱਲ੍ਹੇ ਦਰਸ਼ਨ ਦੀਦਾਰ, ਹਰ ਬੰਦੇ ਨੂੰ ਹੱਕ ਹੈ ਕਿ ਉਹ ਜਾ ਕੇ ਉੱਥੇ ਮੱਥਾ ਟੇਕੇ। ਅਗਰ ਇਹ ਕੋਰੀਡੋਰ ਪ੍ਰਿੰਸੀਪਲ ਹੈ, ਤੁਸੀਂ ਕਹਿੰਦੇ ਨੇ ਕਿ ਤੁਸੀਂ ਪਾਸਪੋਰਟ ਲੈ ਕੇ ਆਓ। ਹੁਣ ਪਾਸਪੋਰਟ ਇਟ ਕੋਸਟ ₹5,000 ਟੂ ਮੇਕ, ਫਿਰ $25 ਅੰਦਰ ਜਾਣ ਨੂੰ, ਇਹ ਕਿਆ ਮਾਹੌਲ ਬਣਾ ਰੱਖੀ ਹੈ ਪਾਕਿਸਤਾਨ? ਵੀ ਡੋਂਟ ਅਗਰੀ। ਅਸੀਂ ਕਹਿ ਦਿੱਤਾ ਹੈ ਟੂ ਗਵਰਨਮੈਂਟ ਆਫ ਇੰਡੀਆ ਕਿ ਜਿਹੜੇ ਤੁਸੀਂ ਆਪਣੀ ਗੱਲਬਾਤ ਕਰ ਰਹੇ ਹੋ ਅੱਗੇ ਉਹ ਸਾਡੀ ਕਨਵੇ ਕਰ ਦਿਓ, ਅਸੀਂ ਇਸ ਦੇ ਨਾਲ ਸਹਿਮਤ ਨਹੀਂ ਹਾਂ। ਕੀ ਕਿਸ ਚੀਜ਼ 'ਤੇ ਦਿਓਗੀ ਪਾਸਪੋਰਟ? ਬਈ ਸਾਰਾ ਮਾਲਵਾ ਤਾਂ ਗਰੀਬਾਂ ਦਾ ਭਰਿਆ ਪਿਆ ਹੈ,
ਹੋਰ ਸਾਡੇ ਗਰੀਬ ਮਾਝੇ 'ਚ ਵੀ ਨੇ, ਦੁਆਬੇ ਦੇ ਵਿੱਚ ਨੇ, ਉਹਨਾਂ ਨੇ 5,000 ਰੁਪਏ ਕਿਹੜਾ ਦੇਊਗਾ ਪਾਸਪੋਰਟ ਬਣਾਉਣ ਨੂੰ? ਸੋ ਦੀਜ਼ ਆਰ ਥਿੰਗਸ ਦੈਟ ਇਹ ਨੈਗੋਸ਼ੀਏਸ਼ਨ ਦੇ ਵਿੱਚ ਉਹਨਾਂ ਨੂੰ ਆਪਣਾ ਗਵਰਨਮੈਂਟ ਆਫ ਇੰਡੀਆ ਨੂੰ ਸਟੈਂਡ ਤਕੜਾ ਲੈਣਾ ਪਊ ਕਿ ਅਸੀਂ ਨਹੀਂ ਇਸ ਗੱਲ 'ਤੇ ਸਹਿਮਤ। Who else? Harsimrat Kaur Badal is one of the most ill-informed women that I have ever heard. She is completely talks without knowing her facts. Main ek gal oda tonu dass deta ke eh Akal Takht Sahib 6th Patshah di gaddi hai. Eh sade sare sikhan da itthe sir chukda hai. And is she crazy to say that we have undermined the authority? ਕਿਹੜਾ ਮਾਂ ਦਾ ਬੱਚਾ ਜਿਹੜਾ ਇੱਥੇ ਜਾ ਕੇ ਉਹ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਕੁਛ ਅੱਖਾਂ ਚੱਕੂਗਾ? ਇਹ 6th ਪਾਤਸ਼ਾਹ ਦੀ ਗੱਦੀ ਹੈ। ਵਿਚ ਪਰਸਨ ਇਜ਼ ਦੇਅਰ ਹੂ ਵਿਲ ਸੇ ਦਿਸ? ਸੋ ਵਾਈ ਡਸਨਟ ਸ਼ੀ ਫਾਈਂਡ ਹਰ ਫੈਕਟਸ ਆਊਟ ਬਿਫੋਰ ਸ਼ੀ ਟਾਕਸ? ਮੈਨੂੰ ਇਹ ਬੜੀ ਹੈਰਾਨੀ ਦੀ ਗੱਲ ਲੱਗਦੀ ਹੈ ਕਿ ਇਹ ਜਿਹੜੀ ਮਿਨਿਸਟਰ ਹੈ, ਆਈ ਡੋਂਟ ਨੋ ਹਾਊ ਸ਼ੀ ਫੰਕਸ਼ਨਸ ਇਨ ਡੈਲੀ, ਬਟ ਸ਼ੀ ਇਜ਼ ਟੋਟਲੀ, ਜੋ ਬਿਆਨ ਮੈਂ ਉਹ ਪੜ੍ਹ ਰਿਹਾ, ਸ਼ੀ ਹੈਜ਼ ਨੋ ਨੌਲੇਜ ਆਫ ਵਾਟ ਸ਼ੀ ਇਜ਼ ਟਾਕਿੰਗ ਅਬਾਊਟ, ਵੈਦਰ ਇਟ ਇਜ਼ ਔਨ ਦਿਸ ਮੈਟਰ ਔਰ ਵੈਦਰ ਸ਼ੀ ਇਜ਼ ਟਾਕਿੰਗ ਅਬਾਊਟ ਸਮ ਪੰਜਾਬ ਡਜ਼ਨਟ ਵਾਂਟ ਐਨੀ ਐਗਰੀਕਲਚਰ ਪ੍ਰੋਜੈਕਟਸ। ਅੱਜ ਉਹ ਵੀ ਕਿਹਾ ਅਖਬਾਰ 'ਚ, ਵਿਚ ਐਗਰੀਕਲਚਰ ਪ੍ਰੋਜੈਕਟ ਹੈਜ਼ ਪੰਜਾਬ ਨੋਟ ਵਾਂਟਡ? ਇਹ ਤਾਂ ਦੱਸੇ ਕਿ ਅਸੀਂ ਕਿੱਥੇ ਜਵਾਬ ਦਿੱਤੇ। Listen, I am not going to answer Mrs. Harsimrat Kaur Badal. I find her a totally illogical woman and a totally, there's no point in even discussing that woman. So don't discuss her with me, please. ਕਿਹੜੀ ਚੀਜ਼? ਅਸੀਂ ਉਹਦੇ ਵਿੱਚ ਬਿਲਕੁਲ ਸਹਿਮਤ ਹਾਂ। ਮੈਂ ਪਹਿਲਾਂ 10 ਕਹਿ ਚੁੱਕਿਆ ਹਾਂ ਕਿ ਵੀ ਆਰ ਨੋਟ ਇਨ ਟੂ ਐਨੀ ਪੋਲੀਟਿਕਸ। ਇਹ ਗੁਰੂ ਪਹਿਲੇ ਪਾਤਸ਼ਾਹੀ ਦਾ ਗੁਰਪੁਰਬ ਹੈ। ਇਹ ਮੇਰੀ ਗੱਲ ਸੁਣੋ, ਆਈ ਨੋ ਵੀ ਆਰ ਵੈਲ ਅਬਵ ਦਿਸ। ਅਸੀਂ ਸਾਰਿਆਂ ਨੂੰ ਨਾਲ ਲੈਣਾ ਚਾਹੁੰਦੇ ਹਾਂ। ਸ਼੍ਰੋਮਣੀ ਕਮੇਟੀ ਨੇ ਕਿਹਾ 5 ਮੈਂਬਰ, 2 ਸਾਡੇ, ਵੀ ਹੈਵ ਨੋਮੀਨੇਟਿਡ ਸਾਡੇ ਮਿਨਿਸਟਰ ਸਾਹਿਬ ਚੰਨੀ ਜੀ ਐਂਡ ਸੁਖਜਿੰਦਰ ਰੰਧਾਵਾ ਜੀ ਡੇਰਾ ਬਾਬਾ ਨਾਨਕ ਤੋਂ, MLA ਸਾਹਿਬ, ਉਹ 2 ਕਰਨਗੇ। ਔਰ ਤੀਸਰਾ ਜੋ ਅੰਡਰਸਟੈਂਡਿੰਗ ਹੈ ਕਿ ਅਸੀਂ ਸਰਬਸੰਮਤੀ ਨਾਲ ਅਸੀਂ ਇੱਕ ਤੀਸਰਾ 5 ਬੰਦਾ ਚੁਣਾਂਗੇ। ਵਨ ਮਿੰਟ ਮੈਂ ਗੱਲ ਕਰਮ ਖਤਮ ਕਰਨਾ। ਅਤੇ ਅਸੀਂ ਜਿੱਥੇ ਉਹਨਾਂ ਦਾ ਗੁਰਦੁਆਰਾ ਸਾਹਿਬਾਂ ਦੇ ਵਿੱਚ ਜਾਂ ਸ਼੍ਰੋਮਣੀ ਕਮੇਟੀ ਦੇ ਏਰੀਆ ਦੇ ਵਿੱਚ ਜਿੱਥੇ ਉਹਨਾਂ ਦੇ ਕੋਈ ਪ੍ਰੋਗਰਾਮ ਨੇ, ਉਹ ਆਪਣੇ ਬੜੀ ਖੁਸ਼ੀ ਨਾਲ ਕਰਨ, ਅਸੀਂ ਪੂਰੀ ਸਪੋਰਟ ਕਰਾਂਗੇ ਉਹਨਾਂ ਦੀ। ਜਿੱਥੇ ਬਾਹਰਲਾ ਕੰਮ ਹੈ ਕੋਈ, ਉਹ ਸਾਡਾ ਕੰਮ ਹੈ। ਐਂਡ ਵਟ ਐਵਰ ਦਾ ਪ੍ਰੋਸੀਜਰਸ ਆ ਦੇਅਰ, ਜੋ ਪਹਿਲਾਂ ਫੋਲੋ ਹੋਏ ਨੇ 300 ਸਾਲਾਂ 10th ਪਾਤਸ਼ਾਹ ਦਾ ਵੀ, 400 ਸਾਲਾਂ ਗੁਰੂ ਗ੍ਰੰਥ ਸਾਹਿਬ ਦਾ ਵੀ, ਉਹ ਪ੍ਰੋਗਰਾਮ ਫੋਲੋ ਕੀਤਾ ਜਾਵੇਗਾ। ਉਹ ਸਾਡੇ ਮਿਨਿਸਟਰ ਸਾਹਿਬ ਦੇ ਕੋਲ ਟੋਟਲ ਰਿਕਾਰਡ ਹੈ, ਹੂ ਹੈਂਡਲ ਦ ਵੇਰੀਅਸ ਪ੍ਰੋਗਰਾਮ, ਕਿੱਥੇ ਕਿੱਥੇ ਹੋਏ, ਕਿਹਨਾਂ ਨੇ ਪ੍ਰੋਗਰਾਮ ਹੈਂਡਲ ਕੀਤੇ, ਕਿਹਨਾਂ ਨੇ ਸਟੇਜ ਮੈਨੇਜ ਕੀਤਾ, ਐਵਰੀਥਿੰਗ ਇਜ਼ ਦੇਅਰ। ਸੋ ਵੀ ਵਿਲ ਗੋ ਅਕੋਰਡਿੰਗ ਟੂ ਦੈਟ। ਹੁਣੀ ਤਾਂ ਮੈਂ ਬੋਲ ਕੇ ਹਟਿਆ ਹਾਂਜੀ, ਅੱਛਾ ਕਿਉਂ ਨਹੀਂ ਬਣੇਗੀ? ਚਲੋ ਅਸੀਂ ਉਹਨਾਂ ਨੂੰ ਸਪੋਰਟ ਕਰਨ ਪੂਰਾ ਚਾਹੁੰਦੇ ਹਾਂ। ਆਈ ਐਮ ਸ਼ੋਰ ਇਹ ਇਟ ਇਜ਼ ਨੋਟ ਅਕਾਲੀ ਦਲ ਵਰਸਿਜ਼ ਕਾਂਗਰਸ ਵਰਸਿਜ਼ ਆਮ ਆਦਮੀ ਵਰਸਿਜ਼ SGPC, ਇਹ ਸਾਰੇ ਅਸੀਂ ਸਾਂਝੇ ਹੋ ਕੇ, ਇਕੱਠੇ ਹੋ ਕੇ ਅਸੀਂ ਕਰਨਾ ਚਾਹੁੰਦੇ ਹਾਂ। ਗੁਰੂ ਨਾਨਕ ਦੇਵ ਜੀ ਦੇ ਦਾ ਨਾਮ ਤਾਂ ਸਾਰਿਆਂ ਤੋਂ ਉੱਚਾ ਹੈ,
ਹੈਂਜੀ ਯੈਸ ਆਈ ਥਿੰਕ ਇਟ ਇਜ਼ ਅ ਗੁੱਡ ਆਈਡੀਆ ਇਟ ਇਜ਼ ਆਈ ਕਾਂਟ ਬੀ ਇਨ ਐਵਰੀ ਪਲੇਸ ਐਟ ਐਵਰੀ ਟਾਈਮ 12,700 ਪਿੰਡ ਨੇ ਇੰਨੇ ਸ਼ਹਿਰ ਨੇ ਸਾਡੇ ਆਬਾਦੀ ਇੰਨੀ ਜ਼ਿਆਦਾ ਹੈ ਸੋ ਇਟ ਟੂ ਕੀਪ ਮੀ ਇਨ ਟੱਚ ਵਿਦ ਵੇਰੀਅਸ ਰਿਐਲਿਟੀਜ਼ ਇਨ ਦੀ ਏਰੀਆ ਔਫ ਦੇਅਰ ਰਿਸਪੋਂਸੀਬਿਲਿਟੀ ਯੂ ਮਸਟ ਅੰਡਰਸਟੈਂਡ ਦੈਸ ਏ ਪਲੈਨਿੰਗ ਬੋਰਡ ਦੇ ਵਿੱਚ ਪਲੈਨਿੰਗ ਬੋਰਡ ਵੀ ਹੈਵ ਟੂ ਯੰਗ ਮੈਨ ਕਮਿੰਗ ਇਨ ਨਾ ਪਲੈਨਿੰਗ ਯੰਗ ਮੈਨ ਟੂਡੇ 75% ਆਫ ਇੰਡੀਆ ਅੰਡਰ ਦੀ ਏਜ ਆਫ 40 ਐਂਡ ਵੀ ਕਾਂਟ ਹੈਵ ਅ ਪਲੈਨਿੰਗ ਬੋਰਡ ਐਵਰੀ ਵਨ ਓਵਰ 70 ਸੋ ਵੀ ਹੈਵ ਟੂ ਹੈਵ ਸਮ ਨਿਊ ਯੰਗਰ ਐਲੀਮੈਂਟ ਕਮਿੰਗ ਇਨ ਟੂ ਟੈਲ ਅਸ ਵਾਟ ਦੀ ਹੋਪਸ ਐਂਡ ਐਸਪੀਰੇਸ਼ਨ ਆਫ ਦੀ ਯੰਗ ਜਨਰੇਸ਼ਨ ਇਹੀ ਸਾਡੇ ਜਿਹੜੇ ਅਸੀਂ ਚਾਰ ਬੰਦੇ ਲਾਏ ਨੇ ਪੰਜਾਬ ਨੂੰ ਇੱਕ ਦੁਆਬੇ 'ਚ ਇੱਕ ਇਨ ਮਾਝਾ ਐਂਡ ਦੋ ਮਾਲਵੇ ਦੇ ਵਿੱਚ ਇਜ਼ ਟੂ ਕੀਪ ਦੀ ਯੰਗਰ ਜਨਰੇਸ਼ਨ ਇਨ ਕੋਂਟੈਕਟ ਕਿਹੜੇ ਜੀ but who do you think is responsible for not letting not allowing shifting of CBI group to Punjab police? This is under no, it's not a question of returning, it's a question of the Punjab Assembly right, has passed a unanimous resolution. It is the duty of Government of India to endorse what the Punjab government has done. Now listen, when they sent that the CBI had gone into the court and asked for a closure report, there was no option but for the SIT chief to write to them that you have not concluded your investigation. How can you have a closure report without completing investigations? And you better investigate. Who do you think is really blocking it? I do not know. I think CBI says that they, according to the their rules, whatever their rules are, according to the law, it is once somebody starts investigation, they cannot stop. But I am going one step further, that when you have filed a closure report, that means you are finding there is nothing wrong in it. Then what is preventing you from giving it to SIT? Sir, you have also mentioned that the CBI is apparently following political dictates from Delhi. Not dictates from Delhi, it is from the dictates from the Akali Dal. Why did the Akalis give this to the in 1915 tin mas do masle ne ek ta gori chadaun da vakhra hai eh hai ke 2015 de jehde apne biadbi de jehde ne masle tinno case jadon tusi kehne ho ke eh kyon ਮਿਸਟਰ ਬਾਦਲ ਔਰ ਉਹਨਾਂ ਦੀ ਟੋਲੀ ਨਹੀਂ ਪਾਲ ਸਕਦੀ ਸੀ ਆਪਣਾ SIT ਬਣਾ ਕੇ ਦੇਖ ਲਓ ਡਨ ਇਟ ਵਾਈ ਡਿਡ ਦੇ ਗਿਵ ਇਟ ਟੂ CBI ਐਂਡ CBI ਬਿਕੋਜ਼ ਇਹ ਉੱਥੇ ਕਹਿੰਦੇ ਹੋਣੇ ਆ ਕਿ ਤੁਸੀਂ ਜੀ ਇਹਨੂੰ ਖਤਮ ਕਰੋ ਸਾਡੇ ਸਿਰ ਓਬਵੀਅਸਲੀ ਦੇ ਆਰ ਬਲੌਕਿੰਗ ਇਟ ਮੈਂ ਤਾਂ 10 ਵਾਰ ਕਹਿ ਚੁੱਕਿਆ ਹੈ they are not, the Home Minister is not dealing with the union, with the CBI, that comes under Ministry of Personnel. So who is the minister, we have to see. ਬੜੀ ਖੁਸ਼ੀ ਨਾਲ ਅਗਰ ਸੇਵਾ ਉਹਨਾਂ ਨੇ ਕਰਾਉਣੀ ਹੈ ਅਨੰਦ ਜੈਸੇ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਕਰਾਇਆ
ਤੋ ਅਗਰ ਉਹ ਕਰਦੇ ਨੇ ਤੋ ਬੜੀ ਖੁਸ਼ੀ ਨਾਲ ਖੁਸ਼ੀ ਨਾਲ ਕਰਨ ਆਈ ਹੋਪ ਹਾਂਜੀ ਸਰ ਚੀਮਾ ਸਾਹਿਬ ਨੇ ਡਿਮਾਂਡ ਕੀਤੀ ਸਰ ਮਾਈਨਿੰਗ ਦਾ ਚੀਮਾ ਸਾਹਿਬ ਨੇ ਡਿਮਾਂਡ ਕੀਤੀ ਮੈਂ ਜਰਾ ਇੱਕ ਨੂੰ ਗੱਲ ਕਰਨਾ ਫਿਰ ਥੋੜੇ ਨਾਲ ਫਿਰ ਅਕੋਰਡਿੰਗ ਟੂ ਯੂ ਹੈਜ਼ ਮਾਈਨਿੰਗ Well, last year the total mining went for 30 crores or 32 crores. This time it's gone for 306 crores. So I think that we have got on top of it. ਨਹੀਂ ਇਹ ਦੇਖੋ ਇਲੀਗਲ ਤਾਂ ਕੁਛ ਵੀ ਨਹੀਂ ਹੁੰਦਾ ਚੋਰੀ ਹੋਣ ਡਾਕੇ ਇਲੀਗਲ ਨੇ ਬੰਦ ਹੋ ਰਹੇ ਨੇ ਇਹ ਜਿਹੜੇ ਡਰੱਗ ਬਿਜ਼ਨਸ ਹੈ ਇਹ ਬੰਦ ਤਾਂ ਨਹੀਂ ਹੋਈ ਇਟ ਇਜ਼ ਅੰਡਰ ਕੰਟਰੋਲ ਸਿਮਿਲਰਲੀ ਰੇਤਾ ਵੀ ਚੋਰੀ ਹੁੰਦਾ ਫਿਰ ਵਾਟ ਕੈਨ ਵੀ ਡੂ ਅਬਾਊਟ ਦੈਟ ਅਸੀਂ ਜਿੱਥੇ ਫੜਦੇ ਹਾਂ ਜਿੱਥੇ ਪੁਲਿਸ ਦਾ ਪਤਾ ਲੱਗਦਾ ਪੁਲਿਸ ਛਾਪਾ ਮਾਰ ਕੇ ਉਹਨਾਂ ਨੂੰ ਫੜ ਲੈਂਦੀ ਹੈ ਦੈਟਸ ਵਾਟ ਵੀ ਡੂ I know that has something to do with the policy which has unfortunately not come out yet. We are going to be very strictly doing this and this has to start. Our roadways buses have to go. Well, they are going so far because that policy has not been implemented. That policy has to be done. They have police permit. We have to get permits through Haryana, through Delhi. Delhi government has at the moment blocking it. It is Punjab government which has to stop them from operating like a stage carrier, but they are operating against rules. Well, no, that is what I am telling you, that this is the new policy. Once we implement it, they have got it. At the moment, it's in the court. You know that. So let it come back. We are going to be very tough on this. There's no question of not being tough. Thank you very much. ਉਹ ਤਾਂ ਐਕਸਪੈਕਟ ਕਰਦੇ ਸੀ ਅਸੀਂ ਜਿਹੜੇ ਵਿਹਲੇ ਬੈਠੇ ਨੇ ਲੋਕ ਉੱਥੇ ਕੋਈ ਵਕੀਲ ਆ ਕੇ ਪਾ ਦਿੰਦਾ ਕੋਈ ਪਾ ਦਿਓ ਮਾਏ ਪੱਤਰਕਾਰ ਸਾਹਿਬਾਨ ਦਾ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮੱਚ ਗੁਰਪਿਆਰੇ ਇੱਥੇ ਜ਼ਿਕਰ ਖਾਸ ਹੈ ਕਿ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਕਾਂਗਰਸ ਦੇ ਉੱਤੇ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਤਾਲਮੇਲ ਕਮੇਟੀ ਦੇ ਨਾਲ ਤਾਲਮੇਲ ਬਣਾਉਣ ਦੇ ਵਿੱਚ ਕਾਂਗਰਸ ਸਰਕਾਰ ਆਨਾਕਾਨੀ ਕਰ ਰਹੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੇ ਉਹ ਵੀ ਸਾਫ਼ ਕਰ ਦਿੱਤਾ ਕਿ ਇਹਨਾਂ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤਾਲਮੇਲ ਕਰਕੇ ਹੀ ਸਾਰਾ ਕੰਮ ਕੀਤਾ ਜਾਵੇ ਅਤੇ ਸਾਂਝਾ ਮੰਚ ਸਜਾਇਆ ਜਾਵੇ ਪਰ ਕਿਤੇ ਨਾ ਕਿਤੇ ਵੇਖਣਾ ਹੋਵੇਗਾ ਕਿ ਇਹ ਧਾਰਮਿਕ ਸਮਾਗਮ ਸਿਆਸਤ ਦੀ ਭੇਟ ਤਾਂ ਨਹੀਂ ਚੜ੍ਹਦਾ ਕਿਉਂਕਿ ਹਰ ਕੋਈ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਵੀ ਗੱਲਾਂ ਤਾਂ ਬਹੁਤ ਵੱਡੀਆਂ ਕਰਦੇ ਹੋਏ ਨਜ਼ਰ ਆਉਂਦੇ ਨੇ ਪਰ ਉਹਨਾਂ ਦੇ ਪਿੱਛੇ ਸਿਰਫ ਆਪਣੀ ਸਿਆਸਤ ਦੀਆਂ ਸਿਆਸੀ ਰੋਟੀਆਂ ਹੀ ਸੇਕਦੇ ਨਜ਼ਰ ਆ ਰਹੇ ਨੇ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਗੁਰਬਾਣੀ ਅਖੰਡ ਬਾਣੀ ਵਾਸਤੇ ਕਪੂਰਥਲਾ ਤੋਂ ਨਿਰਮਲ ਸਿੰਘ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ